ਮੇਰਾ ਜਿਹੜਾ ਦਾਦਾ ਸੀ ਉਹਨਾਂ 47 ਚ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬੰਬੇ ਆ ਗਿਆ ਬੰਬੇ ਤਾਂ ਆ ਗਿਆ ਪਰ ਜੇਬ 'ਚ ਪੈਸਾ ਕੋਈ ਨਾ ਤਾਂ ਜਿਹੜੀਆਂ ਵੀ ਛੋਟੀਆਂ ਮੋਟੀਆਂ ਕੋਈ ਵੀ ਜੌਬ ਮਿਲੀ ਉਹ ਕੀਤੀ ਤੇ ਜਿਹੜਾ ਉਹਨਾਂ ਦੇ ਸਭ ਤੋਂ ਛੋਟੇ ਬੇਟੇ ਉਹਨਾਂ ਬੜੇ ਇੱਦਾਂ ਸ਼ਾਏ ਜੇ ਕੁਆਇਟ ਦੇ ਹਮੇਸ਼ਾ ਸੀਗੇ ਪਰ ਬਹੁਤ ਸਮਾਰਟ ਵੀ ਸੀ ਉਹ ਕੁਛ ਬਣਨਾ ਚਾਹੁੰਦੇ ਸੀ ਤੇ ਜੋ ਛੋਟਾ ਮੋਟਾ ਸੀਗਾ ਵੇਚਣ ਲਈ ਉਹ ਵੇਚ ਕੇ ਉਹਨਾਂ ਨੇ ਆਪਣੀ ਇੱਕ ਕੰਪਨੀ ਸ਼ੁਰੂ ਕੀਤੀ ਕੱਪੜਿਆਂ ਦੇ ਐਕਸਪੋਰਟ ਦੀ ਫਿਰ ਉਹਨਾਂ ਦਾ ਵੀ ਇੱਕ ਮੁੰਡਾ ਹੋਇਆ ਉਹਦੇ ਸੁਪਨੇ ਹੋਰ ਵੀ ਜ਼ਿਆਦਾ ਵੱਡੇ ਸੀਗੇ ਉਹਨੇ ਕਿਹਾ ਵੀ ਮੈਂ ਨਾ ਦੂਜਿਆਂ ਦੇ ਡਿਜ਼ਾਈਨ ਕੀਤੇ ਕੱਪੜੇ ਨਹੀਂ ਬਣਾਉਣੇ ਮੈਂ ਆਪਣੇ ਆਪ ਡਿਜ਼ਾਈਨ ਕਰੂੰਗਾ ਤੇ ਡਿਜ਼ਾਈਨਿੰਗ ਵੀ ਸਿੱਖੀ ਤੇ ਨਾ ਬਚਪਨ 'ਚ ਉਹ ਸਾਰਿਆਂ ਨੂੰ ਮੁੰਡਿਆਂ ਨੂੰ ਅੰਕਲਾਂ ਨੂੰ ਪੁੱਛਦਾ ਵੀ ਤੇ ਜਦੋਂ ਤੁਸੀਂ ਇੰਡੀਅਨ ਕੱਪੜੇ ਬਾਰੇ ਸੋਚਦੇ ਆ ਤੇ ਤੁਹਾਡਾ ਕੀ ਖਿਆਲ ਆਉਂਦਾ ਇੰਡੀਅਨ ਸਟਾਈਲ ਤਾਂ ਉਹਨੇ ਦੇਖਿਆ ਵੀ ਜ਼ਿਆਦਾਤਰ ਜਵਾਬ ਇਹ ਆਉਂਦੇ ਕਿ ਬਈ ਅਸੀਂ ਤਾਂ ਵੈਸਟਰਨ ਕੱਪੜੇ ਸਾਨੂੰ ਸਮਝ ਆਉਂਦੇ ਜੇ ਇੰਡੀਅਨ ਚਾਹੀਦੇ ਹੁੰਦੇ ਤਾਂ ਮੰਮੀ ਜਾਂ ਭੈਣ ਉਹ ਸਾਡੇ ਲਈ ਡਿਸਾਈਡ ਕਰ ਲੈਂਦੇ ਤਾਂ ਫਿਰ ਉੱਥੇ ਉਹਨੇ ਸੋਚਿਆ ਕਿ ਬਈ ਜਿਹੜਾ ਆਪਣਾ ਦੇਸੀ ਸਟਾਈਲ ਹੈ ਇੰਡੀਅਨ ਸਟਾਈਲ ਹੈ ਇਹਦੇ ਵਿੱਚ ਮੈਂ ਕੱਪੜੇ ਬਣਾਉਣਾ ਚਾਹੁੰਦਾ ਤਾਂ ਕੱਪੜੇ ਜਦੋਂ ਬਣਾਉਣੇ ਸ਼ੁਰੂ ਕੀਤੇ ਇੱਕ ਬਣਿਆ ਦੋ ਬਣੇ ਬਣਦੇ ਚੱਲ ਗਏ ਗੁਜਰਾਤ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਹਰ ਤਰੀਕੇ ਦਾ ਸਟਾਈਲ ਆਪਣੇ ਕੱਪੜਿਆਂ 'ਚ ਉਸ ਮੁੰਡੇ ਨੇ ਰਿਫਲੈਕਟ ਕੀਤਾ ਤਾਂ 15 ਸਾਲ ਤਾਂ ਹੋ ਗਏ ਹੁਣ ਅਗਲੇ 15 ਸਾਲਾਂ 'ਚ ਕੀ ਹੁੰਦਾ ਦੇਖਣਾ ਪਊਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਮਜ਼ਾ ਬਹੁਤ ਆ ਰਿਹਾ ਕਾਸ਼ਨੀ
ਮੇਰਾ ਜਿਹੜਾ ਦਾਦਾ ਸੀ ਉਹਨਾਂ 47 ਚ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬੰਬੇ ਆ ਗਿਆ ਬੰਬੇ ਤਾਂ ਆ ਗਿਆ ਪਰ ਜੇਬ ਚ ਪੈਸਾ ਕੋਈ ਨਾ ਤਾਂ ਜਿਹੜੀਆਂ ਵੀ ਛੋਟੀਆਂ ਮੋਟੀਆਂ ਕੋਈ ਵੀ ਜੌਬ ਮਿਲੀ ਉਹ ਕੀਤੀ ਤੇ ਜਿਹੜਾ ਉਹਨਾਂ ਦੇ ਸਭ ਤੋਂ ਛੋਟੇ ਬੇਟੇ ਉਹਨਾਂ ਬੜੇ ਇੱਦਾਂ ਸ਼ਾਏ ਜੇ ਕੁਆਇਟ ਦੇ ਹਮੇਸ਼ਾ ਸੀਗੇ ਪਰ ਬਹੁਤ ਸਮਾਰਟ ਵੀ ਸੀ ਉਹ ਕੁਛ ਬਣਨਾ ਚਾਹੁੰਦੇ ਸੀ
Kunal Rawal,